ਪਰਿਤਾਨੇ ਗੁਰਦੁਆਰੇ ਮੰਦਰ ਮਸੀਤਾਨੇ ਇੱਥੇ ਗੁਰੂ ਨਾਨਕ ਸਰਕਾਰ ਵੀ ਏ ਨਾਲੇ ਦਾਤਾ ਦਾ ਦਰਬਾਰ ਵੀ ਏ ਮੀਆਂ ਮੀਰ ਜੀ ਦੀ ਦਸਤਾਰ ਵੀ ਏ ਮਾਧੋ ਲਾਲ ਹੋਰਾਂ ਦਾ ਪਿਆਰ ਵੀ ਏ ਇੱਥੇ ਗੁਰੂਆਂ ਦੇ ਵੀ ਦੁਆਰੇ ਦਮ ਦਰਸ਼ਨ ਦੀਦਾਰੇ ਨੇ ਇੱਥੇ ਬਾਗਾਂ ਨੱਚਦੇ ਮੋਰੇ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਵਰਗੇ ਮੁਟਿਆਰਾਂ ਦੇ ਜਿਵੇਂ ਦਾਣੇ ਸੁਰਖ ਅਨਾਰਾਂ ਦੇ ਲਾਹੌਰ ਲਾਹੌਰ ਇਹ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਲਾਹੌਰ ਵਿਖੇ ਲੈ ਕੇ ਚੱਲਾਂਗੇ ਅਤੇ ਲਾਹੌਰ ਦੀ ਤੁਹਾਨੂੰ ਅਸੀਂ ਸੈਰ ਕਰਵਾਵਾਂਗੇ ਉਹ ਵੀ ਡਬਲ ਡੈਕਰ ਬੱਸ ਦੇ ਉੱਤੇ ਕੈਨੇਡੀਅਨ ਸਟੂਡੈਂਟਸ ਜਦੋਂ ਸਾਡੇ ਨਾਲ ਪਾਕਿਸਤਾਨ ਦੀ ਯਾਤਰਾ ਉੱਤੇ ਗਏ ਤਾਂ ਉਹਨਾਂ ਨੂੰ ਉੱਥੇ ਪਾਕਿਸਤਾਨੀ ਸਟੂਡੈਂਟਸ ਵੀ ਮਿਲੇ ਔਰ ਉਹਨਾਂ ਨੇ ਆਪਣਾ ਐਕਸਪੀਰੀਅੰਸ ਜੋ ਹੈ ਉਹਨਾਂ ਪਾਕਿਸਤਾਨੀ ਸਟੂਡੈਂਟਸ ਦੇ ਨਾਲ ਸ਼ੇਅਰ ਕੀਤਾ ਔਰ ਜੋ ਉਹਨਾਂ ਦੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਇੱਕ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਅਸੀਂ ਇੱਕ ਡਬਈ ਦਾ ਅਤੇ ਇਸਤੰਬੋਲ ਦਾ ਵੀ ਟੂਰ ਔਰਗੇਨਾਈਜ਼ ਕੀਤਾ ਹੈ ਜੋ ਕਿ ਤੁਸੀਂ ਇੱਕੋ ਏਅਰਲਾਈਨ ਟਿਕਟ ਦੇ ਉੱਤੇ ਦੋ ਟੂਰਾਂ ਦਾ ਆਨੰਦ ਮਾਣ ਸਕਦੇ ਹੋ ਉਸ ਦੀ ਜਾਣਕਾਰੀ ਦਿੱਤੀ ਜਾਏਗੀ ਅਤੇ ਆਓ ਲਾਹੌਰ ਵਿਖੇ ਚੱਲੀਏ ਅਤੇ ਲਾਹੌਰ ਦੀ ਸੈਰ ਕਰੀਏ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਭ ਦਾ ਲਾਹੌਰ ਲਾਹੌਰ ਇਹਦੇ ਵਰਗਾ ਨਾ ਕੋਈ ਹੋਰ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਰਾਈਟ ਸਾਈਡ 'ਤੇ ਬੱਸਿਸ ਖਲੋਤੀਆਂ ਨੇ ਉਹ ਬੱਸਿਸ ਨੇ ਜਿੱਥੇ ਅਸੀਂ ਹੁਣ ਆਪਣੇ ਸਾਰੇ ਸਿੱਖ ਯਾਤਰੀਆਂ ਨੂੰ ਲੈ ਕੇ ਜਾਣਾ ਹੈ ਸਾਰੇ ਲਾਹੌਰ ਦੀ ਸੈਰ ਕਰਾਉਣ ਵਾਸਤੇ ਅਤੇ ਸਾਰੇ ਸਾਈਟ ਸੀਨ ਦਿਖਾਉਣ ਵਾਸਤੇ ਅਤੇ ਉਹਨਾਂ ਨੂੰ ਸਾਰਾ ਇੰਜੋਏ ਕਰਾਵਾਂਗੇ ਅਤੇ ਉਹਨਾਂ ਦੇ ਨਾਲ ਬੱਸਿਸ ਵਿੱਚ ਬੈਠ ਕੇ ਇੰਜੋਏ ਕਰਾਂਗੇ ਤੁਸੀਂ ਦੇਖੋਗੇ ਸਾਰਾ ਐਪੀਸੋਡ ਕਿ ਕਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਇੱਥੇ ਇੰਜੋਏ ਕਰਾਇਆ ਅਤੇ ਸਾਰਿਆਂ ਦਾ ਮਨ ਕਰੇਗਾ ਕਿ ਅਸੀਂ ਵੀ ਜਾਈਏ ਸਾਰਾ ਲਾਹੌਰ ਫਿਰ ਕੇ ਆਈਏ ਗੁਰਦੁਆਰਿਆਂ ਦੇ ਦਰਸ਼ਨ ਕਰੀਏ ਅਤੇ ਚਲੋ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਅਸੀਂ ਲਾਹੌਰ ਦੀ ਸੈਰ ਕਿਸ ਤਰ੍ਹਾਂ ਕਰਨੇ ਹਾਂ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਭ ਦਾ ਲਾਹੌਰ ਲਾਹੌਰ ਇਹਦੇ ਵਰਗਾ ਨਾ ਕੋਈ ਹੋਰ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਇਹ ਸਾਡਾ ਲਾਹੌਰ ਲਾਹੌਰ ਇਹ ਤੁਹਾਡਾ ਲਾਹੌਰ ਲਾਹੌਰ ਵਿੱਚ ਪਰਿਤਾਨੇ ਗੁਰਦੁਆਰੇ ਮੰਦਰ ਮਸੀਤਾਨੇ
ਇੱਥੇ ਗੁਰੂ ਨਾਨਕ ਸਰਕਾਰ ਵੀ ਹੈ, ਨਾਲੇ ਦਾਤਾ ਦਾ ਦਰਬਾਰ ਵੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਸ ਵੇਲੇ ਮੇਰੇ ਨਾਲ ਸਾਰੇ ਸਿੱਖ ਯਾਤਰੀ ਨੇ ਅਤੇ ਅਸੀਂ ਉਹਨਾਂ ਨੂੰ ਲਾਹੌਰ ਦੀ ਸੈਰ ਕਰਾਉਣ ਵਾਸਤੇ ਜਾ ਰਹੇ ਹਾਂ ਅਤੇ ਅਸੀਂ ਡਬਲ ਡੈਕਰ ਬੱਸ ਦੇ ਵਿੱਚ ਹਾਂ। ਉੱਧਰ ਵੀ ਦੇਖੋ, ਉੱਧਰ ਵੀ ਸਾਡੇ ਸਾਰੇ ਯਾਤਰੀ ਬੈਠੇ ਨੇ ਅਤੇ ਹੁਣ ਅਸੀਂ ਉਹਨਾਂ ਦੇ ਨਾਲ ਇੰਜੋਏ ਕਰਾਂਗੇ ਅਤੇ ਤੁਸੀਂ ਵੀ ਦੇਖਣਾ ਕਿ ਅਸੀਂ ਕਿਸ ਤਰ੍ਹਾਂ ਇੰਜੋਏ ਕਰਨੇ ਹਾਂ ਅਤੇ ਸਾਰਿਆਂ ਨੂੰ ਸੈਰ ਕਰਾਵਾਂਗੇ ਲਾਹੌਰ ਦੀ। ਸਿੱਖ ਭਾਈ ਵੀ ਹਮਾਰੇ ਸਾਥ ਬੈਠੇ ਹੈ ਅਤੇ ਮੈਂ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਮੇਰੀ ਤਰਫੋਂ, ਖਾਸ ਕਰ ਮੋਹਨਜੀਤ ਭਾਅ ਜੀ ਅਤੇ ਮੈਮ ਬਲਵਿੰਦਰ। ਦਰਅਸਲ ਜੀ ਇਹ ਤਿੰਨ ਲੋਕ ਨੇ ਜਿਹੜੇ ਮੇਰੇ ਨਾਲ ਪਹਿਲੇ ਵੀ ਰਾਈਡ ਕਰ ਚੁੱਕੇ ਨੇ ਅਤੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਹ ਦੁਬਾਰਾ ਆਏ ਅਤੇ ਆਪਣੇ ਇੰਨੇ ਸਾਰੇ ਦੋਸਤਾਂ ਨੂੰ ਵੀ ਲੈ ਕੇ ਆਏ ਅਤੇ ਅੱਜ ਅਸੀਂ ਥੋੜ੍ਹਾ ਜਿਹਾ ਜਿਹੜਾ ਪੰਜਾਬੀ 'ਚ ਵੀ ਤੁਹਾਡੇ ਵਾਸਤੇ ਟੱਚ ਰੱਖਾਂਗੇ, ਠੀਕ ਹੈ। ਅਤੇ ਜਿਹੜੇ ਬਾਕੀ ਸਾਡੇ ਨਾਲ ਪਬਲਿਕ ਹੈ, ਜਨਰਲ ਪਬਲਿਕ, ਉਨਕੋ ਵੀ ਜੀ ਵਾਰਮਲੀ ਵੈਲਕਮ ਹੈ। ਔਰ ਅਭੀ ਹਮਨੇ ਆਪਣੇ ਸਫ਼ਰ ਕਾ ਜੋ ਆਗਾਜ਼ ਕੀਆ, ਲੇਕਿਨ ਫਸਟ ਬਿਫੋਰ ਸਟਾਰਟਿੰਗ ਕਮੈਂਟਰੀ ਆਈ ਨੀਡ ਟੂ ਨੋ ਹਾਊ ਮੈਨੀ ਲਾਹੌਰੀਅਨਸ ਆਰ ਵਿਦ ਮੀ। ਲਾਹੌਰ ਸੇ ਕਿਤਨੇ ਹੈ? ਓਕੇ, ਜ਼ਬਰਦਸਤ, ਕਾਫੀ ਲੋਕ ਹੈ। ਤਾਂ ਹੂ ਇਜ਼ ਫਸਟ ਟਾਈਮ ਇਨ ਲਾਹੌਰ? ਪਹਿਲੀ ਦਫ਼ਾ ਲਾਹੌਰ ਕੌਣ ਦੇਖ ਰਿਹਾ? ਇਹ ਪਹਿਲੀ ਵਾਰੀ ਲਾਹੌਰ ਵੇਖ ਰਹੇ ਨੇ ਅਤੇ ਐਕਸਾਈਟਮੈਂਟ 'ਚ ਤੁਸੀਂ ਹੱਥ 'ਤੇ ਖੜ੍ਹੇ ਕਰਦੇ ਨੇ, ਲੇਕਿਨ ਲਾਹੌਰੀ ਆਪਣੀ ਯੂਨੀਕਨੈਸ ਨੂੰ ਐਮਫਸਾਈਜ਼ ਕਰਦੇ ਨੇ ਇੱਕ ਸਲੋਗਨ ਨਾਲ ਅਤੇ ਲਾਹੌਰੀਆਂ ਮੇਰਾ ਸਾਥ ਦੇਣਗੇ ਕਿ ਲਾਹੌਰ, ਅਤੇ ਜਿਹਨੇ ਲਾਹੌਰ ਨਹੀਂ ਤੱਕਿਆ ਅਤੇ ਵੇਖ ਲਓ ਫਿਰ ਅੱਜ ਤੁਸੀਂ ਜੰਮ ਗਏ ਹੋ। ਅਤੇ ਮੈਨੀ ਹੈਪੀ ਰਿਟਰਨਸ ਆਫ ਦ ਡੇ ਜੀ, ਹੈਪੀ ਬਰਥਡੇ। ਹੁਣ ਤੁਸੀਂ ਸੋਚ ਰਹੇ ਹੋਗੇ ਅਸੀਂ ਹੱਥ ਕਿਉਂ ਖੜ੍ਹੇ ਕਰ ਲਏ। ਔਨ ਯੂਰ ਰਾਈਟ ਐਂਡ ਸਾਈਡ, ਓਰੀਜਨਲੀ ਫਾਉਂਡਡ ਐਜ਼ ਦਾ ਲਾਹੌਰ ਐਂਡ ਮੀਆਂ ਮੇਰੇ ਇੰਸਟੀਚਿਊਟ ਇਨ 1878 ਬਟ ਰੀਨੇਮਡ ਇਨ 1906 ਐਜ਼ ਜਿਮਖਾਨਾ ਗੋਲਫ ਕਲੱਬ। ਐਂਡ ਦਿਸ ਟਾਈਮ ਔਨ ਯੂਰ ਰਾਈਟ ਐਂਡ ਸਾਈਡ ਇਟਸ ਅ ਵਾਈਟ ਸਿਮੀਟਰੀ ਆ ਕ੍ਰਿਸਚਨ ਗ੍ਰੇਵਯਾਰਡ, ਇਸਕੋ ਗੋਰਾ ਕਬਰਸਤਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਦ ਹੋਲ ਗ੍ਰੇਵਸ ਆਰ ਇਨ ਵਾਈਟ ਕਲਰ, ਯੂ ਕੈਨ ਸੀ। ਐਂਡ ਦ ਪਰਸਨੈਲਿਟੀ ਐਕਚੁਲੀ ਬਰਿਡ ਹੇਅਰ, ਪੰਜਾਬ ਯੂਨੀਵਰਸਿਟੀ ਕੇ ਫਸਟ ਚਾਂਸਲਰ ਐਲਫਰਡ ਕੂਪਰ ਵੁਲਮਰ ਕੁਇਨ ਬਾਂਬਾ, ਹੂ ਇਜ਼ ਦ ਗ੍ਰੈਂਡ ਡਾਟਰ ਆਫ ਰਣਜੀਤ ਸਿੰਘ ਐਂਡ ਫਸਟ ਨੋਨ ਮੁਸਲਿਮ ਬੈਰਿਸਟਰ ਜਿਨਕੇ ਨਾਮ ਪੇ ਇੱਕ ਅੰਡਰ ਪਾਸ ਵੀ ਹੈ, ਕਾਰਨੀਲੀਅਸ, ਇਸੀ ਗ੍ਰੇਵਯਾਰਡ ਕੇ ਅੰਦਰ ਬਰਿਡ ਹੈ ਇਹ ਪਰਸਨੈਲਿਟੀਜ਼। ਸੋ ਐਜ਼ ਵੀ ਸਟਾਰਟਡ ਆਵਰ ਟੂਰ ਫਰੋਮ ਕਜ਼ਾਫੀ ਸਟੇਡੀਅਮ ਐਂਡ ਵੇ ਵੀ ਹੈਵ 3 ਇੰਟਰਨੈਸ਼ਨਲ ਸਟੇਡੀਅਮ, ਹਾਕੀ ਇੰਟਰਨੈਸ਼ਨਲ ਸਟੇਡੀਅਮ, ਫੁੱਟਬਾਲ ਇੰਟਰਨੈਸ਼ਨਲ ਸਟੇਡੀਅਮ ਐਂਡ ਕ੍ਰਿਕਟ ਸਟੇਡੀਅਮ ਕਜ਼ਾਫੀ ਸਟੇਡੀਅਮ। 1959 ਮੇ ਇਨੋਗਰੇਟ ਹੁਆ ਐਂਡ ਇਟ ਲਾਈਜ਼ ਔਨ ਫਿਰੋਜ਼ਪੁਰ ਰੋਡ, ਔਰ ਹਮ ਬਹੁਤ ਹੀ ਮਸਰੂਫ ਇੱਕ ਇੰਟਰਚੇਂਜ ਕਲਮਾ ਚੌਕ ਸੇ ਹੋਤੇ ਹੋਏ ਗੁਲਬਰਗ ਮੇਨ ਬੁਲੀਵਾਰਡ ਪੇ ਥੇ। ਗੁਲਬਰਗ ਐਕਚੁਲੀ ਦ ਕੰਬੀਨੇਸ਼ਨ ਆਫ ਟੂ ਪਰਜੀਅਨ ਵਰਡਸ ਵਿਚ ਕਲੈਕਟਿਵਲੀ ਮੀਨ ਦ ਪੈਟਲ। ਇਸ ਕੇ ਇਲਾਵਾ ਇਸੇ ਮਾਰਕੀਟ ਕੀ ਹੱਬ ਵੀ ਕਿਹਾ ਜਾਂਦਾ ਹੈ ਕਿਉਂਕਿ ਲਿਬਰਟੀ ਮਾਰਕੀਟ ਵੀ ਇੱਧਰ ਹੈ ਜੀ, ਮੇਨ ਮਾਰਕੀਟ ਵੀ, ਮਿੰਨੀ ਮਾਰਕੀਟ ਵੀ, ਅਤੇ ਇਸ ਤੋਂ ਇਲਾਵਾ ਕੁਛ ਸ਼ੋਪਿੰਗ। ਲਾਹੌਰ ਦੀ ਤੁਸੀਂ ਸੈਰ ਕਰ ਰਹੇ ਸੀ ਔਰ ਬ੍ਰੇਕ ਤੋਂ ਬਾਅਦ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਜੋ ਵੈਸੇ ਓਰੀਜਨਲੀ ਜੇਲ ਰੋਡ ਕੋ ਜੇਲ ਰੋਡ ਇਸੀ ਲਈ ਕਿਹਾ ਜਾਂਦਾ ਹੈ ਕਿਉਂਕਿ ਜਹਾਂ ਪਰ ਮੈਂਟਲ ਹੋਸਪਿਟਲ ਹੈ ਵਹਾਂ ਪਰ ਓਪਨ ਜੇਲ ਥੀ, ਜੋ ਇਸ ਵਕਤ ਆਪ ਲੈਫਟ ਸਾਈਡ ਪਰ ਜੇਲ ਖਾਨਾ ਜਾਤ, ਜੇਲ ਥੋੜ੍ਹਾ ਸਾ ਅੱਗੇ ਹੈ। ਸੋ ਇੱਕ ਬਹੁਤ ਹੀ ਜ਼ਬਰਦਸਤ ਕਰੈਕਟਰ, ਰੈਵੋਲਿਊਸ਼ਨਰੀ ਥਾ ਬਹੁਤ ਬੜਾ, ਭਗਤ ਸਿੰਘ, ਆਪਣੇ ਨਾਮ ਸੁਣਾ ਹੋਗਾ, ਭਗਤ ਸਿੰਘ। ਤੋ ਭਗਤ ਸਿੰਘ ਕੋ ਜਿਸਕੀ ਵਜ੍ਹਾ ਸੇ ਜੇਲ ਕੋ ਸ਼ਿਫਟ ਕੀਆ ਗਿਆ ਫਿਰ ਜੇਲ ਰੋਡ ਸੇ ਫਿਰੋਜ਼ਪੁਰ ਰੋਡ ਪਰ 1930s ਮੇਂ, ਔਰ ਵੋ ਓਪਨ ਜੇਲ ਥੀ, ਯਹਾਂ ਪਰ ਯੇ ਕਵਰਡ ਜੇਲ ਕੀ ਗਈ ਇਸੀ ਲਈ। ਔਰ ਇਸ ਵਕਤ ਅਬ ਹਮ ਫਿਰੋਜ਼ਪੁਰ ਰੋਡ ਸੇ ਸਟ੍ਰੇਟ ਜਾਏਂਗੇ, ਲੈਫਟ ਸਾਈਡ ਪਰ ਯੇ ਸੜਕ ਜੋ ਹੈ ਲਿੰਕ ਆਊਟ ਕਰਤੀ ਹੈ ਮੁਲਤਾਨ ਰੋਡ ਕੋ, ਔਰ LOS ਯੇ ਸਟੋਪ ਹੈ ਹਮਾਰੇ ਸਾਥ ਸਾਥ। ਪੀਛੇ ਹਮ ਇੱਕ ਔਰ ਸਟੇਸ਼ਨ ਆਤਾ ਹੈ ਫਿਰੋਜ਼ਪੁਰ ਰੋਡ ਪਰ, ਇੱਕ ਇਛਰੇ ਕਾ ਇਲਾਕਾ ਹੈ। ਲਾਹੌਰ ਕੀ ਹਿਸਟਰੀ ਇੱਕ ਬਹੁਤ ਹੀ ਮਸ਼ਹੂਰ ਕਰੈਕਟਰ ਰਾਮਾਚੰਦਰ ਸੇ ਸਟਾਰਟ ਹੋਈ, ਜਿਸਕੇ ਦੋ ਟਵਿਨਸ ਬੈਠੇ ਥੇ ਲਹੂ ਔਰ ਕਸੂ, ਤੋ ਲਹੂ ਨੇ ਲਾਹੌਰ ਸਿਟੀ ਔਰ ਕਸੂ ਨੇ ਕਸੂਰ ਸਿਟੀ ਬਾਤ ਕੀਆ। ਤੋ ਇਨਕੀ ਇੱਕ ਬਹਿਨ ਥੀ ਇਕਸ਼ਾ ਦੇਵੀ, ਤੋ ਉਸਕੇ ਨਾਮ ਪਰ ਇਛਰੇ ਕਾ ਇਲਾਕਾ ਹੈ ਜੋ ਲਾਹੌਰ ਕੇ ਆਊਟਸਕਰਟ ਮੇਂ ਆਤਾ ਹੈ, ਯੇ ਇਛਰੇ ਕਾ ਇਲਾਕਾ। ਤੋ ਵੋ ਹਮ ਪੀਛੇ ਛੋੜ ਕੇ ਆਏ ਹੈ, ਲੇਕਿਨ ਫਰਦਰ ਹਮਾਰੇ ਸਾਥ ਸਾਥ ਇੱਕ ਫਲਾਈ ਓਵਰ ਚੱਲ ਰਿਹਾ ਹੈ, ਯਾ ਫਲਾਈ ਓਵਰ ਦੇਖ ਸਕਦੇ ਹਾਂ। ਬੇਸਿਕਲੀ 27 ਕਿਲੋਮੀਟਰ ਲੌਂਗ ਟਰੈਕ ਫੋਰ ਮੈਟਰੋ ਬੱਸਿਸ, ਹੈਵਿੰਗ 27 ਸਟੇਸ਼ਨਸ ਫਰੋਮ ਗਜੂਮਾਤਾ ਟੂ ਸ਼ਾਦਰਾ, ਔਰ 67 ਬੱਸਿਸ ਹੈ ਮੈਟਰੋ ਕੇ ਪਾਸ, ਜਿਸ ਸੇ ਰੋਜ਼ ਤਕਰੀਬਨ 150,000 ਪੈਸੇਂਜਰ ਜੋ ਹੈ, ਯਾਨੀ 1.5 ਲੱਖ ਲੋਕ ਜੋ ਹੈ ਵੋ ਫਾਇਦਾ ਉਠਾ ਰਹੇ ਹੈ ਇਸੀ ਟਰੈਕ ਸੇ। ਕਾਨ ਪੰਗੀਆਂ ਦੀ ਤੋਪ, ਅਹਿਮਦ ਸ਼ਾਹ ਅਬਦਾਲੀ ਦੀ ਤੋਪ, ਜਿਹੜੀ ਪਾਨੀਪਤ ਦੀ ਬੈਟਲ 'ਚ ਯੂਜ਼ ਵੀ ਹੋਈ, ਅਤੇ ਹੈਗਾ ਇਸਤੰਬੋਲ ਚੌਕ, ਅਤੇ ਇਹਦੇ ਪਿੱਛੇ NCA 1875 ਨੈਸ਼ਨਲ ਕਾਲਜ ਆਫ ਆਰਟਸ ਡਿਜ਼ਾਈਨ ਬਾਈ ਗੰਗਾਰਾਮ, ਔਰ ਇਹ ਬਰਡ ਹਾਊਸ ਜੋ ਆਪ ਦੇਖ ਰਹੇ ਇਸਤੰਬੋਲ ਚੌਕ ਕੀ ਫੈਸੀਨੇਸ਼ਨ ਜੋ ਬੜਾ ਰਿਹਾ, ਯੇ NCA ਕੇ ਸਟੂਡੈਂਟ ਨੇ ਬੜੀ ਖੂਬਸੂਰਤੀ ਸੇ ਬਣਾਇਆ। ਲੈਫਟ ਸਾਈਡ ਪਰ ਨਾਸਿਰ ਬਾਗ, ਗੋਲ ਬਾਗ ਵੀ ਕਿਹਾ ਜਾਂਦਾ ਹੈ, ਔਰ ਕੰਪਨੀ ਬਾਗ ਵੀ,
गोल बाग इसलिए क्योंकि ओवल शेप में है, और कंपनी बाग इसलिए क्योंकि पॉलिटिकल इवेंट्स में यूज़ होता आया है पहले भी और अभी भी जो है यूज़ होता है। लेकिन जब सबसे पहले लाहौर को इलेक्ट्रिसिटी मिली, लाहौर को जब बिजली मिली 1912 में, तो सबसे पहले यहाँ से ब्रेकर को स्विच ऑन किया गया इसी नासिर बाग से, इसी गोल बाग से। सो अभी आपके राइट साइड पर आप देखेंगे एक खूबसूरत लैंडमार्क, एक खूबसूरत बिल्डिंग, GC यूनिवर्सिटी। ऑन योर राइट हैंड साइड इट्स GC यूनिवर्सिटी। 1864 में स्टार्ट लिया दयाल हवेली से और 1877 में इस बिल्डिंग में शिफ्ट हुआ द पोइट ऑफिस डॉक्टर मोहम्मद अलामा इकबाल साहब के अलावा। फिजिक्स में नोबल प्राइज हासिल किया अब्दुल सलाम साहब ने, वो भी यहाँ से पढ़ चुके हैं। मूव होते ही राइट साइड पे आप देखेंगे बादशाही मस्जिद का एक बहुत ही ज़बरदस्त खूबसूरत मंजर। 1673 में औरंगज़ेब आलमगीर ने ये मॉस्क बनवाई और 1,00,000 नमाजी नमाज पढ़ सकते हैं। इसका जो पत्थर है रेड स्टोन वो इम्पोर्ट किया गया इंडिया से, और स्पेशल डिज़ाइन वॉल्स हैं मस्जिद के मीनार, मीनार पाकिस्तान से 3 इंच ऊँचे रखे गए ताकि मस्जिद का तकद्दस भी बरकरार रहे। मस्जिद के बिल्कुल साथ आप एक वाइट और येलो लैंडमार्क देख रहे हैं, सिख सेंट है गुरुद्वारा, गुरु अर्जुन देव का गुरुद्वारा है जी ये येलो और वाइट जो आप लैंडमार्क देख रहे हैं। बुक कंपाइल की ग्रंथ साहब के नाम से गुरुद्वारा गुरु अर्जुन देव राइट हैंड साइड, और उसके साथ रंजीत सिंह की समाधि, एशेज ऑफ रंजीत सिंह। लेकिन करंटली राइट साइड पर इस वक्त द सिंबल ऑफ पाकिस्तान, द टावर ऑफ पाकिस्तान, मीनार पाकिस्तान, 2K इन कम्प्लीशन, स्टार्टेड इन 1960 एंड कम्प्लीटेड इन 1968। डिज़ाइन वॉज गिवन बाई अ टर्किश मैन, नसरुद्दीन मुराद साहब ने डिज़ाइन दिया, एंड द कंपनी कंस्ट्रक्टेड इट वॉज अब्दुल खालिक एंड कंपनी। और 196.7 फीट हाई टावर इटसेल्फ रिप्रेजेंट द फाउंडर ऑफ पाकिस्तान, और जो पैटल शेप आप देख रहे हैं वो उन फ्रीडम फाइटर्स को रिप्रेजेंट करती है जो सेपरेट होम लैंड के लिए कायद आजम के साथ रहे। और ये कमेमोरेट करता है रेजोल्यूशन को, पाकिस्तान रेजोल्यूशन, लाहौर रेजोल्यूशन, 23 मार्च 1940 एक्चुअली द फर्स्ट कॉन्स्टिट्यूशन। ये नेशनल हिस्ट्री म्यूजियम ऑन योर राइट हैंड साइड, अ न्यूली एडिशन इन दिस पार्क, एजुकेशनल टूर्स इससे काफ़ी ज़्यादा फ़ायदा उठा रहे हैं। और राइट साइड पर एक और एडिशन द पोइट रेस्टोरेंट, आफ्टर मगरिब एक ज़बरदस्त किस्म का फूड सर्व करते हैं द पोइट रेस्टोरेंट। लेफ्ट साइड पर जनरल बस स्टैंड ऑफ लाहौर, लाहौर का लारी अड्डा, लाहौर फोर्ट, शाही किला आप देख सकते हैं। 1046 से यहाँ पर फोर्ट मौजूद है जो एक मड फोर्ट था जिसको लहू का किला भी कहा जाता है। लहू एल्डेस्ट सन था रामाचंद्र का, तो जब वो यहाँ आया तो एक टीले पर रहा और एक मड फोर्ट उसने बनाया, लेकिन जो ब्रिक फॉर्म है वो 400 साल पुरानी है। और ये एक्सटर्नल वॉल और फोर्ट का बहुत सा हिस्सा जो है वो ओरिजिनल हालत में है, यानी ये जो दीवारें हैं इनमें किसी किस्म का कोई सरिया सीमेंट पत्थर यूज़ नहीं हुआ बल्कि दलियों से, दालों से, कसूरी बजरी से मिलकर ये दीवारें बनी हैं जो 400 साल बाद भी हमारे सामने मौजूद हैं। डिफरेंट टाइम्स में लाहौर के डिफरेंट नाम भी रहे जिनमें सबसे पहले इसका नाम था लव, देन लव का किला, लावा। यूटर्न लेंगे ग्रेटर इकबाल पार्क में आपका स्टॉप ओवर होगा डांसिंग फाउंटेन शो के लिए, लेकिन द मोस्ट प्रेशियस पार्ट ऑफ द फोर्ट इज शीश महल, नौलखा पवेलियन। 9,00,000 रुपये इस पर कॉस्ट आई उस वक्त, इसी फोर्ट के अंदर है ये शीश महल जब शाहजहां ने बनवाया, व्हेन क्वीन मुमताज़ रिक्वेस्टेड हिम के वो ज़मीन पर सितारे देखना चाहती हैं, तो तब ये बनाया गया शीश महल। और वाकई बहुत प्रेशियस स्टोन है जो अंदर लगाए गए, जो अगर ज़रा सी भी लाइट की जाए मोबाइल की भी तो वो ब्लिंक लाइक स्टार्स, स्टार्स की तरह वो ब्लिंक करते हैं। सो यहाँ से अब हम ग्रेटर इकबाल पार्क के अंदर एंटर होने जा रहे हैं जहाँ पर आपका स्टॉप ओवर होगा। भगत सिंह दे चर्चे ने जिना दिते औखे परचे ने, इथे रब तोहफे अनमोल भी ने, मंजली दे मिठड़े बोल भी ने, इथे खालसा दरबार सजे तिया दे बेड़े पार लगे, इथे फरीद शकर दिया महकाने, बाबा बुले शादियां शहकाने, निड़े ननकाना ते कसूरे, साडा लौर लाहौर, ए तुहाडा लौर लाहौर, ए साडा लौर लाहौर, ए तुहाडा लौर लाहौर। डबल डैकर बस के उत्ते तुसी लाहौर दे नज़ारे देख रहे सी, और ब्रेक तो बाद जो कनेडियन स्टूडेंट साढ़े नाल गए उन्होंने पाकिस्तान की यात्रा का जो एक्सपीरियंस पाकिस्तानी स्टूडेंट्स के नाल शेयर किया, जो भी उन्होंने गलबात हुई वो तुहानू असीं दिखावांगे।
ਸਾਡੇ ਨਾਲ ਜੋ ਕੈਨੇਡਾ ਤੋਂ ਤਾਂ ਸਟੂਡੈਂਟ ਆਏ ਹੀ ਨੇ, ਇਸ ਦੇ ਨਾਲ ਜੋ ਲਾਹੌਰ ਤੋਂ ਸਾਡੇ ਨਾਲ ਸਟੂਡੈਂਟਸ ਨੇ ਉਹ ਵੀ ਸਾਨੂੰ ਦੇਖ ਕੇ ਇੱਥੇ ਆ ਗਏ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਨੂੰ ਮਿਲਣਾ। ਅਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੋ ਕੈਨੇਡਾ ਤੋਂ ਆਏ ਨੇ ਸਟੂਡੈਂਟਸ ਉਹਨਾਂ ਨੂੰ ਮੈਂ ਪੁੱਛਾਂਗਾ ਕਿ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਅੱਜ ਤੁਹਾਡਾ ਲਾਹੌਰ ਦੇ ਵਿੱਚ ਜੋ ਆਖਰੀ ਯਾਤਰਾ ਦਾ ਦਿਨ ਹੈ, ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਰਿਹਾ? ਹਾਂਜੀ, ਸਾਨੂੰ ਇਸ ਯਾਤਰਾ ਬਹੁਤ ਵਧੀਆ ਲੱਗੀ, ਸਫਲ ਹੋਈ ਸਾਡੀ ਯਾਤਰਾ, ਸਫਲ ਪਈ ਸਫਲ ਯਾਤਰਾ। ਅਸੀਂ ਲਾਹੌਰ ਵਿੱਚ ਹੁਣ ਤਕਰੀਬਨ ਇੱਕ ਹਫ਼ਤਾ ਫਿਰ ਕੇ ਆਏ ਹਾਂ, ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ, ਸਾਨੂੰ ਬਹੁਤ ਪਿਆਰ ਮੁਹੱਬਤ ਮਿਲੀ ਲੋਕਲ ਸੰਗਤ ਤੋਂ। ਜਿੱਥੇ ਵੀ ਅਸੀਂ ਜਾਂਦੇ ਹਾਂ ਸਾਰੇ ਸਤਿ ਸ਼੍ਰੀ ਅਕਾਲ ਕਹਿ ਕੇ ਬੁਲਾਉਂਦੇ ਆ, ਉਹ ਸਾਨੂੰ ਬਹੁਤ ਪਿਆਰ ਦਿੰਦੇ ਆ, ਸਤਿਕਾਰ ਦਿੰਦੇ ਆ। ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਭੈਣ ਜੀ ਕਹਿ ਕੇ ਬੁਲਾਉਂਦੇ ਆ। ਕੱਲ੍ਹ ਅਸੀਂ ਜਿਵੇਂ ਬਾਜ਼ਾਰ 'ਤੇ ਗਏ ਸੀ, ਬਹੁਤ ਜਾਣੇ ਸਾਨੂੰ ਕਹਿੰਦੇ ਸੀ ਵੀ ਉਹ ਬਹੁਤ ਖੁਸ਼ ਨੇ ਵੀ ਅਸੀਂ ਕੈਨੇਡਾ ਤੋਂ ਆਏ ਹਾਂ ਪਹਿਲੀ ਵਾਰੀ ਪਾਕਿਸਤਾਨ। ਪਹਿਲਾਂ ਸਾਨੂੰ ਆਉਣ ਤੋਂ ਪਹਿਲਾਂ ਕੰਸਰਨ ਸੀ ਵੀ ਪਤਾ ਨਹੀਂ ਵੀ ਪਾਕਿਸਤਾਨ ਕਿਹੋ ਜਿਹਾ ਮਾਹੌਲ ਹੋਊਗਾ। ਮੀਡੀਆ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਵੀ ਬੁਰੀ ਹਾਲਾਤ ਹੈ, ਉਹ ਜਿਹਾ ਕੁਛ ਵੀ ਨਹੀਂ, ਇੱਥੇ ਇੱਕ ਵੀ ਚੀਜ਼ ਉਹ ਸਹੀ ਨਹੀਂ ਸੀ। ਜਦੋਂ ਇੱਥੇ ਆਏ ਹਾਂ ਅਸੀਂ ਬਹੁਤ ਸਿਕਿਓਰ ਅਤੇ ਸੇਫ ਫੀਲ ਕਰਦੇ ਹਾਂ। ਅਸੀਂ ਜ਼ਰੂਰ ਸਾਰੇ ਯੂਥ ਨੂੰ, ਜਿਹੜੀ ਨੌਜਵਾਨ ਪੀੜ੍ਹੀ ਆ, ਉਹਨਾਂ ਨੂੰ ਦੱਸਾਂਗੇ ਵੀ ਤੁਸੀਂ ਇਸ ਯਾਤਰਾ 'ਤੇ ਆਓ, ਗੁਰੂ ਜੀ ਦੀ ਧਰਤੀ 'ਤੇ ਦਰਸ਼ਨ ਕਰੋ, ਤੁਹਾਨੂੰ ਬਹੁਤ ਵਧੀਆ ਲੱਗੂਗਾ ਜਿਵੇਂ ਸਾਨੂੰ ਮਹਿਸੂਸ ਹੋਇਆ। ਹਾਂਜੀ, ਮੈਨੂੰ ਵੀ ਬਹੁਤ ਵਧੀਆ ਅਤੇ ਬਹੁਤ ਸੋਹਣਾ ਲੱਗਾ। ਅਸੀਂ ਅੱਜ ਸਾਈਟ ਸੀਇੰਗ ਲਾਹੌਰ ਦੇ ਵਿੱਚ ਕਰ ਰਹੇ ਹਾਂ। ਅਸੀਂ ਕਿਲ੍ਹਾ 'ਤੇ ਆਏ ਹਾਂ ਜਿੱਥੇ ਮਹਾਰਾਜ ਰਣਜੀਤ ਸਿੰਘ ਹੁੰਦੇ ਸੀ, ਅਤੇ ਇੱਥੇ ਬਹੁਤ ਬਿਊਟੀਫੁਲ ਆਰਕੀਟੈਕਚਰ ਹੈਗੀ ਆ, ਬਹੁਤ ਸੋਹਣੀ ਬਿਲਡਿੰਗ, ਬਹੁਤ ਹਿਸਟੋਰੀਕਲ ਬਿਲਡਿੰਗ ਹੈਗੀ ਆ। ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹੈਗੀ ਹਾਂ ਜਿਹੜੇ ਯੂਥ ਜਨਰੇਸ਼ਨ ਹੈਗੀ ਕੈਨੇਡਾ ਵਿੱਚ, ਉਹ ਇੱਥੇ ਆਉਣ ਅਤੇ ਦਰਸ਼ਨ ਕਰਨ ਗੁਰਦੁਆਰਿਆਂ ਦੇ ਵਿੱਚ, ਅਤੇ ਉਹ ਵੀ ਲਾਹੌਰ ਦਾ ਦੇਖਣ ਜਿਹੜੇ ਆਮ ਬਿਲਡਿੰਗ ਹੁੰਦੀ ਹੈ। My experience has been amazing. It's fun going around, and people in Canada have been saying like the stuff on the media, it's not safe, don't go, but when we came here we had a wonderful time. ਆਪਾਂ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ, ਬਹੁਤ ਸੇਫ ਆ। ਸਾਰਾ ਕੁਛ ਜਿਹੜਾ ਮੀਡੀਆ ਕਹਿੰਦਾ ਸੀ ਉਹ ਗਲਤ ਆ, ਅਤੇ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਤੁਸੀਂ ਇੱਥੇ ਆਓ, ਆਪਦੀ ਹਿਸਟਰੀ ਲਰਨ ਕਰੋ। ਜੀ, ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੇ 550 ਦਿਵਸ ਦੀ ਲੱਖ ਲੱਖ ਵਧਾਈ ਦਿੰਦੀ ਹਾਂ ਸਾਰੇ ਸੰਸਾਰ 'ਤੇ। ਅਤੇ ਦੂਸਰੀ ਗੱਲ ਆ, ਪਰਮਾਤਮਾ ਨੇ ਉਹਦਾ ਬਹੁਤ ਬਹੁਤ ਧੰਨਵਾਦ ਵੀ ਆਪਾਂ ਨੂੰ ਇੱਥੇ ਲਾਹੌਰ ਪ੍ਰੋਗਰਾਮ ਰਾਹੀਂ ਆਪਾਂ ਨੂੰ ਮੌਕਾ ਮਿਲਿਆ ਇੱਥੇ ਆਉਣ ਦਾ। ਇਹ ਬਹੁਤ ਖੁਸ਼ੀ ਦੀ ਗੱਲ ਆ, ਜਿਹਨੇ ਵੀ ਇੱਥੇ ਆਉਣਾ ਉਹ ਗਰੁੱਪ ਰਾਹੀਂ ਆਓ। ਮੋਹਨਜੀਤ ਜੀ ਅਤੇ ਮਨਿੰਦਰ ਕੌਰ ਜੀ ਇਹ ਲੈ ਕੇ ਆਉਂਦੇ ਆ, ਖੁਦ ਵੀਜ਼ਾ ਲਗਾਉਂਦੇ ਆ, ਅਤੇ ਤੁਹਾਡਾ ਬਹੁਤ ਸੋਹਣੇ ਢੰਗ ਨਾਲ ਇੱਥੇ ਸਾਰਾ ਪ੍ਰਬੰਧ ਹੁੰਦਾ, ਸਿਕਿਉਰਿਟੀ ਬਹੁਤ ਹੁੰਦੀ ਆ। ਮੈਂ ਸਾਰਿਆਂ ਦਾ, ਜਿਹੜੇ ਮੀਡੀਆ ਵਾਲੇ ਅਤੇ ਸਾਰੇ ਜਿਹੜੇ ਸਿਕਿਉਰਿਟੀ ਵਾਲੇ, ਗੌਰਮੈਂਟ ਵਾਲੇ, ਜਿਨ੍ਹਾਂ ਨੇ ਵੀ ਇਹਦੇ ਵਿੱਚ ਸਾਡੀ ਹੈਲਪ ਕੀਤੀ ਆ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਿੰਦੀ ਹਾਂ ਵੀ ਇਹ ਸਾਡੇ ਗੁਰੂਆਂ ਦੀ ਧਰਤੀ ਆ, ਤੁਸੀਂ ਇੱਥੇ ਜ਼ਰੂਰ ਦਰਸ਼ਨ ਕਰਨ ਆਓ। ਇੱਕ ਤਰ੍ਹਾਂ ਦਾ ਤੁਸੀਂ ਨਾ ਸਵਰਗ 'ਚ ਆਏ ਆ, ਇਹ ਸਵਰਗ ਆ, ਇੱਥੇ ਹੀ ਹੁੰਦਾ ਸਾਰਾ ਸਵਰਗ ਨਰਕ, ਇਹ ਸਵਰਗ ਆ ਅਤੇ ਸਵਰਗ 'ਚ ਤੁਸੀਂ ਆ ਕੇ ਜਾ ਰਹੇ ਹਾਂ। ਸਾਡਾ ਬਹੁਤ ਵਧੀਆ ਇੱਥੇ ਹਫ਼ਤਾ ਲੰਘਿਆ ਅਤੇ ਮੈਨੂੰ ਖੁਸ਼ੀ ਆ ਲਾਹੌਰ ਦੇ ਸਾਡੇ ਬੱਚੇ ਜਿਹੜੇ ਆ ਸਟੂਡੈਂਟ ਉਹ ਸਾਨੂੰ ਮਿਲਣ ਆਏ ਆ, ਇਹਦੀ ਵੀ ਬਹੁਤ ਖੁਸ਼ੀ ਆ। ਅਤੇ ਅਖੀਰ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਾਕਿਸਤਾਨ ਇਜ਼ ਅ ਵੈਰੀ ਨਾਈਸ ਪਲੇਸ, ਆਲ ਦਾ ਬਿਲਡਿੰਗ ਐਂਡ ਸਟੱਫ ਆਰ ਵੈਲ ਡਿਜ਼ਾਈਨਡ ਐਂਡ ਇਜ਼ ਵੈਰੀ ਕਲੀਨ। ਹਾਂਜੀ, ਇੱਥੇ ਪਾਕਿਸਤਾਨ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ, ਅਤੇ ਪਹਿਲੇ ਤਾਂ ਮੈਂ ਪਾਕਿਸਤਾਨ ਗਵਰਨਮੈਂਟ ਦਾ ਥੈਂਕ ਯੂ ਕਰਨਾ ਚਾਹੂੰਗਾ ਅਗੈਨ ਫੋਰ ਵੀਜ਼ੇ ਲਈ ਅਤੇ ਸਾਨੂੰ ਇੱਥੇ ਆਉਣ ਦੀ ਇਜਾਜ਼ਤ ਦੇਣ ਲਈ। ਅਤੇ ਅੱਜ ਅਸੀਂ ਇੱਥੇ ਸਾਈਟ ਸੀਇੰਗ ਕਰ ਰਹੇ ਹਾਂ ਅਤੇ ਸਾਰੀਆਂ ਬਿਲਡਿੰਗਸ ਵੈਲ ਕੈਪਟ ਨੇ, ਮੋਸਟ ਆਫ ਦੈਮ ਸਾਰੀਆਂ ਰਿਸਟੋਰ ਕਰ ਰਹੇ ਨੇ। ਜਿਨ੍ਹਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਜਾਂ ਕੁਛ ਵੀ ਹੋ ਰਿਹਾ ਉਹਨਾਂ ਨੂੰ ਸਾਰੀਆਂ ਰਿਸਟੋਰ ਹੋ ਰਹੀਆਂ ਨੇ, ਸਾਰੇ ਗੁਰਦੁਆਰਾ ਸਾਹਿਬ ਵੀ ਸਾਰੇ ਰਿਸਟੋਰ ਕਰ ਰਹੇ ਨੇ, ਅਤੇ ਸਾਡੀ ਯਾਤਰਾ ਬਹੁਤ ਵਧੀਆ ਰਹੀ ਹੈ। We're here at this museum in Pakistan and everything here is just very nicely designed from back then in the old times, and they're very well restored, and yeah, it was a very good experience. It's a good idea to look back in history and see what happened. It's pretty good knowledge. ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਸਟੂਡੈਂਟਸ ਨੇ ਔਰ ਹਿਸਟਰੀ ਦੇ ਸਟੂਡੈਂਟਸ ਨੇ ਔਰ ਇਹ ਆਏ ਨੇ ਇਹਨਾਂ ਨੂੰ ਮਿਲਣ ਵਾਸਤੇ ਕੈਨੇਡੀਅਨ ਸਟੂਡੈਂਟਸ ਨੂੰ,
ਮੈਂ ਇਹਨਾਂ ਕੋਲ ਪੁੱਛਾਂਗਾ ਕਿ ਤੁਸੀਂ ਹੁਣ ਇਹਨਾਂ ਦੇ ਵਿਚਾਰ ਸੁਣੇ, ਸਾਰੇ ਇਹਨਾਂ ਦੇ ਵਿਊਜ਼ ਸੁਣੇ, ਅਤੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਹਨਾਂ ਨੂੰ ਮਿਲ ਕੇ? ਪਹਿਲੇ ਤਾਂ ਹਮਨੇ ਆਪਕੋ ਦੇਖਾ, ਹਮ ਆਪਕੇ ਪੀਛੇ ਹੀ ਚਲੇ ਗਏ। ਹਮੇ ਬਹੁਤ ਅੱਛਾ ਲੱਗਤਾ ਹੈ, ਐਸਾ ਲੱਗ ਰਿਹਾ ਜੈਸੇ ਹਮਾਰੀ ਦਿਲੀ ਖਵਾਹਿਸ਼ ਪੂਰੀ ਹੋ ਗਈ ਆਪਸੇ ਮਿਲ ਕਰ, ਆਪਸੇ ਬਾਤੇਂ ਕਰਕੇ, ਔਰ ਬਹੁਤ ਅੱਛਾ ਲੱਗ ਰਿਹਾ ਆਪ ਯਹਾਂ ਪਰ ਆਏ। ਔਰ ਆਪਕੋ ਕੈਸਾ? ਬਹੁਤ ਅੱਛਾ ਲੱਗ ਰਿਹਾ ਹੈ, ਹਮ ਸ਼ੁਕਰ ਗੁਜ਼ਾਰ ਹੈ ਇਨਕੇ ਕਿ ਇਤਨਾ ਇਤਨਾ ਪਾਕਿਸਤਾਨ ਕੋ ਯੇ ਸਪੋਰਟ ਕਰਤੇ ਹੈ, ਇਤਨਾ ਅੱਛਾ ਮਤਲਬ ਇਨਕੇ ਪੁਆਇੰਟ ਆਫ ਵਿਊ ਹੈ ਪਾਕਿਸਤਾਨ ਕੇ ਬਾਰੇ ਮੇਂ, ਔਰ ਹਮ ਵੀ ਇਨਸੇ ਬਹੁਤ ਪਿਆਰ ਕਰਤੇ ਹੈ, ਇਸੀ ਲੀਏ ਤੋ ਯੇ ਹਮ ਤੋ ਬਹੁਤ ਸ਼ੁਕਰ ਗੁਜ਼ਾਰ ਹੈ ਹਮ ਇਨਕੇ, ਥੈਂਕ ਯੂ ਸੋ ਮਚ। ਹਮ ਸੁਬਹ ਸੇ ਆਏ ਹੋਏ ਹੈ, ਮਜ਼ਾ ਆਇਆ, ਲੇਕਿਨ ਆਪਸੇ ਮਿਲ ਕੇ ਬਹੁਤ ਜ਼ਿਆਦਾ ਹਮੇ ਮਜ਼ਾ ਆਇਆ, ਔਰ ਹਮਾਰੀ ਦਿਲੀ ਖਵਾਹਿਸ਼ ਪੂਰੀ ਹੋ ਗਈ ਹੈ। ਅੱਗੇ ਨਾ ਸਿਰਫ ਹਮ ਬੁੱਕਸ ਮੇਂ ਪੜ੍ਹਤੇ ਥੇ ਔਰ ਟੀ ਵੀਜ਼ ਪਰ ਦੇਖਤੇ ਥੇ, ਆਜ ਹਮਨੇ ਇਨ੍ਹੇ ਲਾਈਵ ਦੇਖ ਲਿਆ, ਇਨਸੇ ਬਾਤ ਕਰ ਲੀ, ਇਨਸੇ ਮਿਲ ਲਿਆ, ਤੋ ਹਮੇ ਬਹੁਤ ਅੱਛਾ ਲਗਾ। ਅੱਗੇ ਹਮ ਸਿਰਫ ਹਿਸਟਰੀ ਮੇਂ ਪੜ੍ਹਤੇ ਥੇ ਕਿ ਯੇ ਸਭ ਕੁਛ ਹੋਤਾ ਹੈ, ਹਮ ਇਨ੍ਹੇ ਦੇਖਤੇ ਥੇ, ਇਨਕੀ ਬਾਤੇਂ ਸੁਣਤੇ ਥੇ, ਔਰ ਆਜ ਜੀ ਇਨ ਔਰ ਆਜ ਇਨਕੋ ਦੇਖ ਕਰ ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ। ਆਈ ਐਮ ਸੋ ਹੈਪੀ, ਇਨਕੇ ਸਾਥ ਮਿਲ ਕੇ ਮੈਂ ਬਹੁਤ ਖੁਸ਼ ਹੋਈ ਹੂੰ ਅੱਜ। ਦੇਖੋ ਜੀ, ਇਹਨਾਂ ਨੇ ਸਟੂਡੈਂਟਸ ਨੇ ਵੀ ਕਿੱਡੀ ਵਧੀਆ ਗੱਲ ਕੀਤੀ ਕਿ ਹਰ ਜਗ੍ਹਾ ਸਾਨੂੰ ਪਿਆਰ ਵੰਡਣਾ ਚਾਹੀਦਾ, ਔਰ ਇੱਕ ਪਿਆਰ ਹੀ ਹੈ ਕਿ ਜੋ ਦੁਨੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠਾ ਕਰ ਸਕਦਾ, ਉਹ ਨਫ਼ਰਤਾਂ ਜੋ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ, ਔਰ ਇਹ ਪਿਆਰ ਦਾ ਸੰਦੇਸ਼ ਲੈ ਕੇ ਹੀ ਜੋ ਕੈਨੇਡਾ ਤੋਂ ਸਟੂਡੈਂਟਸ ਆਏ ਨੇ, ਔਰ ਇੱਥੋਂ ਦੇ ਸਟੂਡੈਂਟਸ ਨੂੰ ਮਿਲ ਕੇ ਬਹੁਤ ਖੁਸ਼ ਹੋਏ ਨੇ, ਔਰ ਮੈਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਵੀ ਸਾਨੂੰ ਜੁਆਇਨ ਕਰੋ, ਔਰ ਤੁਹਾਨੂੰ ਅਸੀਂ ਗੁਰਦੁਆਰਾ ਵੀ ਦਿਖਾਉਂਦੇ ਹਾਂ। ਅੱਜ ਤੁਸੀਂ ਡਬਲ ਡੈਕਰ ਬੱਸ ਦੇ ਉੱਤੇ ਲਾਹੌਰ ਦੇ ਨਜ਼ਾਰੇ ਦੇਖੇ, ਅਤੇ ਇਸ ਦੇ ਨਾਲ ਹੀ ਕੈਨੇਡੀਅਨ ਸਟੂਡੈਂਟਸ ਨੇ ਜੋ ਪਾਕਿਸਤਾਨੀ ਸਟੂਡੈਂਟਸ ਦੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਉਹ ਵੀ ਤੁਸੀਂ ਦੇਖ ਰਹੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਇੱਕ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾ ਰਿਹਾ ਹੈ, ਅਤੇ ਇਸ ਦੇ ਨਾਲ ਹੀ ਅਸੀਂ ਇੱਕ ਡਬਈ ਦਾ ਅਤੇ ਇਸਤੰਬੋਲ ਦਾ ਵੀ ਟੂਰ ਔਰਗੇਨਾਈਜ਼ ਕੀਤਾ ਹੈ, ਜੋ ਕਿ ਤੁਸੀਂ ਇੱਕੋ ਏਅਰਲਾਈਨ ਟਿਕਟ ਦੇ ਉੱਤੇ ਦੋ ਟੂਰਾਂ ਦਾ ਆਨੰਦ ਮਾਣ ਸਕਦੇ ਹੋ। ਅਤੇ ਹੋਰ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ 514-576-0429 'ਤੇ ਫੋਨ ਕਰ ਸਕਦੇ ਹੋ। ਅਗਲੇ ਹਫ਼ਤੇ ਫਿਰ ਮੈਂ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ, ਹੁਣ ਮੈਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਰੱਬ ਰਾਖਾ। ਕੇ ਪੁੱਟਿਆਰਾਂ ਦੇ ਜਿਵੇਂ ਦਾਣੇ ਸੁਰਖ ਅਨਾਰਾਂ ਦੇ, ਇੱਥੇ ਸਰਸੋਂ ਖਿੜਦੀ ਖੇਤਾਂ ਵਿੱਚ ਜਦੋਂ ਮੌਸਮ ਆਣ ਬਹਾਰਾਂ ਦੇ, ਇੱਥੇ ਰਿਸ਼ਤੇ ਰਸਮਾਂ ਬੋਲੀਆਂ ਨੇ, ਨਾਲੇ ਬਾਬਲ ਧੀਆਂ ਟੋਲੀਆਂ ਨੇ, ਇੱਥੇ ਮਸਤ ਫੁਆਰਾਂ ਵਸਦੀਆਂ ਨੇ, ਹਰ ਪਾਸੇ ਫਸਲ